ये जिहड़े कानून साढ़े ते थोपे जा रहे जिन्हां दी खतरा अज पूरे देश नूं वक्त बनिया होया है, ये गैट चों निकल के आए। तो गैट 1994 जदों साइन हुंदे आ उदों नरसिम्हा राओ कांग्रेस के प्रधानमंत्री सीगे, तो इन्हें जो निंदण वाला ते सलाउण वाला कोई नहीं, सारे देश के दुश्मन ने। सानू मीटिंगां दे विच जदों इन्हां ने एक तरह का ताना मारिया पीयूष गोयल ने कि जी तुहाडे अंदोलन का की प्रभाव है, असीं बिहार दे विच इलैक्शन जित ली तो उत्थे ने जेकर सर उत्थे कड़ा किसान है नहीं, उत्थे भी तो किसानों ने वोटां पाईआं। ये कोई रैली करते तो कुर्सियां खाली पईआं सी, जो विरोधी रैलियां करते सीगे तो लोगों का मतलब जन सैलाब आ जाता सी, पर उन्हां हालातों के विच भी जेकर वेखीए तो इन्हां दा जित जाणा कितें ना कितें मतलब शक्की है। बीजेपी वाले कह रहे हैं कि देश में एकजुट करने वाले आपस च पाड़ रहे हैं, नहीं गुरनाम की विचार वक्री है, ये हो सकती है एक गल, लेकिन गुरनाम फिर भी यह कहता कि मैं मोर्चे के नाल मोर्चा छड़ के नहीं जा रहा। प्रेस ते देश उस गल नूं संयुक्त मोर्चे का फैसला मने जिहड़ा असीं सारे जाने इकट्ठे हो गए प्रेस कॉन्फ्रेंस के विच कहिंदे आ, जां जिहड़ा साडा प्रेस स्टेटमेंट संयुक्त मोर्चे की प्रेस स्टेटमेंट कहिंदे। ਬਲਿਆਲ ਸਾਹਿਬ ਪੰਜਾਬ ਤੋਂ ਅੰਦੋਲਨ ਚੱਲਿਆ, ਪੰਜਾਬ ਨੇ ਪਿੜ ਬੰਨਿਆ ਅੰਦੋਲਨ ਦਾ, ਅੱਜ 8 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ, ਕੀ ਕੁਝ ਪ੍ਰਾਪਤ ਹੋਇਆ ਅਤੇ ਕੀ ਕੁਝ ਪ੍ਰਾਪਤ ਹੋਣ ਦੇ ਨਜ਼ਦੀਕ ਹੈ? ਔਰ ਜੇ ਕੋਈ ਇਕੱਲਾ ਆਦਮੀ ਜੋ ਕਹਿੰਦਾ ਹੈ ਬਿਲਕੁਲ ਮਤਲਬ ਸੰਯੁਕਤ ਮੋਰਚੇ ਦਾ ਫੈਸਲਾ ਨਹੀਂ, ਉਹ ਉਹਨਾਂ ਦਾ ਆਪਣਾ ਫੈਸਲਾ, ਨਿੱਜੀ ਫੈਸਲਾ ਹੈ, ਅਤੇ ਸੰਯੁਕਤ ਮੋਰਚਾ ਹੁਣ ਕਿਸੇ ਦਾ ਵੀ ਨਿੱਜੀ ਫੈਸਲੇ ਨੂੰ ਲਾਗੂ ਨਹੀਂ ਕਰਦਾ। ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਸਿੰਘ। ਸੰਯੁਕਤ ਕਿਸਾਨ ਮੋਰਚੇ ਨੂੰ ਚੱਲਦਿਆਂ 8 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ, ਇੱਕ ਪਾਸੇ ਦੇਸ਼ ਦਾ ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਦੂਜੇ ਪਾਸੇ ਕਿਸਾਨ ਸੰਸਦ ਵੀ ਚੱਲ ਰਹੀ ਹੈ, ਕਿਸਾਨ ਸੰਸਦ ਚੱਲ ਰਹੀ ਹੈ ਤੇ ਖੇਤੀ ਬਿੱਲਾਂ ਨੂੰ ਲੈ ਕੇ ਲਗਾਤਾਰ ਉੱਥੇ ਵੀ ਮੁੱਦੇ ਵਿਚਾਰੇ ਜਾ ਰਹੇ ਨੇ। ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਨੇ। ਡੱਲੇਵਾਲ ਸਾਹਿਬ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਸਰੋਤਿਆਂ ਦਾ। ਮੈਂ ਖਾਲਸਾ ਔਰ ਫਤਿਹ ਜੀ। ਡੱਲੇਵਾਲ ਸਾਹਿਬ, ਪੰਜਾਬ ਤੋਂ ਅੰਦੋਲਨ ਚੱਲਿਆ, ਪੰਜਾਬ ਨੇ ਪਿੜ ਬੰਨਿਆ ਅੰਦੋਲਨ ਦਾ, ਅੱਜ 8 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ, ਕੀ ਕੁਝ ਪ੍ਰਾਪਤ ਹੋਇਆ ਤੇ ਕੀ ਕੁਝ ਪ੍ਰਾਪਤ ਹੋਣ ਦੇ ਨਜ਼ਦੀਕ ਹੈ? ਦੇਖੋ, ਜੇ ਤਾਂ ਆਪਾਂ ਪ੍ਰਾਪਤੀਆਂ ਵਾਲੇ ਪਾਸੇ ਨੂੰ ਦੇਖੀਏ ਨਾ, ਐ ਲੱਗਦਾ ਹੈ ਕਿ ਮੋਰਚਾ ਖੜਾ ਜਾ, ਜਿਹੜੀ ਚੀਜ਼ ਨੂੰ ਅਸੀਂ ਪ੍ਰਾਪਤ ਕਰਨਾ ਹੈ ਉਹਦੇ ਤੋਂ ਹਜੇ ਜ਼ਰੂਰ ਮਤਲਬ ਉਸ ਅਚੀਵਮੈਂਟ ਤੋਂ ਅਸੀਂ ਥੋੜ੍ਹੇ ਜਿਹੇ ਪਿੱਛੇ ਹਾਂ, ਪਰ ਮੋਰਚੇ ਨੇ ਪ੍ਰਾਪਤ ਬਹੁਤ ਕੁਛ ਕੀਤਾ ਹੈ। ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਮੋਰਚੇ ਨੇ ਪੂਰਾ ਦੇਸ਼ ਜਗਾ ਲਿਆ, ਪੂਰਾ ਹਿੰਦੁਸਤਾਨ ਨਹੀਂ ਪੂਰਾ ਵਰਲਡ ਜਗਾਤਾ ਇਸ ਮੋਰਚੇ ਨੇ, ਔਰ ਹਿੰਦੁਸਤਾਨ ਨੂੰ ਭਾਰਤ ਨੂੰ ਪਿਆਰ ਕਰਨ ਵਾਲੇ ਲੋਕ ਚਾਹੇ ਕਿਤੇ ਵੀ ਬੈਠੇ ਆ ਉਹ ਉਹਨਾਂ ਦੀਆਂ ਨਿਗਾਹਾਂ ਅੱਜ ਮਤਲਬ ਇਸ ਮੋਰਚੇ 'ਤੇ ਟਿਕੀਆਂ ਹੋਈਆਂ। ਔਰ ਨਾਲ ਦੀ ਨਾਲ ਅਗਲੀ ਗੱਲ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਇਹ ਦੱਸਣੀ ਚਾਹੁੰਦਾ ਕਿ ਅੱਜ ਜਿਹੜੀ ਬੀਜੇਪੀ ਇਹ ਕਹਿੰਦੀ ਹੁੰਦੀ ਸੀ ਕਿ ਕਾਂਗਰਸ ਮੁਕਤ ਭਾਰਤ ਬਣਾ ਦਿਆਂਗੇ, ਉਸ ਬੀਜੇਪੀ ਨੂੰ ਅੱਜ ਮਤਲਬ ਉਹਦਾ ਪੁੱਠਾ ਗੇੜਾ ਸ਼ੁਰੂ ਹੋਇਆ ਹੋਇਆ। ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਹਾਰ ਚੁੱਕੀ ਹੈ, ਬੁਰੀ ਹਾਲਤ ਹੋ ਚੁੱਕੀ ਹੈ ਇਹਨਾਂ ਦੀ। ਕਾਂਗਰਸ ਦੀ ਗੱਲ ਕੀਤੀ ਹੈ ਤੁਸੀਂ, ਕਾਂਗਰਸ ਦੀ ਹਮਾਇਤ ਕਰਦੇ ਹੋ? ਨਹੀਂ, ਕਾਂਗਰਸ ਦੀ ਨਹੀਂ ਹੈ, ਕਾਂਗਰਸ ਦੀ ਤਾਂ ਕਦੇ ਅਸੀਂ ਹਮਾਇਤ ਜਾਂ ਕਾਂਗਰਸ ਜਾਂ ਬੀਜੇਪੀ ਜਾਂ ਕੋਈ ਵੀ ਫੋਰ ਐਗਜ਼ਾਮਪਲ ਗੱਲਾਂ ਨੇ ਕਿ ਇਹਨਾਂ ਨੇ ਕਿਹਾ, ਇਹਨਾਂ ਦੀ ਜਿਹੜੀ ਇਹਨਾਂ ਦਾ ਸੁਨੇਹਾ ਸੀ ਲੋਕਾਂ ਨੂੰ, ਜਿਹੜੇ ਇਹਨਾਂ ਦੇ ਲਲਕਾਰ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾ ਦਿਆਂਗੇ, ਇਹ ਗੱਲ ਚੋਂ ਹੈ ਉਹਨਾਂ ਦੀ ਆਵਾਜ਼ ਕੀ ਸੀ, ਉਹ ਉਲਟਾ ਮਤਲਬ ਇਹਨਾਂ ਦੇ ਉੱਤੇ ਉਲਟਾ ਚੱਕਰ ਸ਼ੁਰੂ ਹੋ ਗਿਆ। ਕਾਂਗਰਸ ਦਾ ਇਹਦੇ ਵਿੱਚ ਤਾਂ ਪੱਲੇ ਕੱਖ ਨਹੀਂ, ਕਾਂਗਰਸ ਨੇ ਜੇਕਰ ਸਹੀ ਮਾਇਨੇ 'ਚ ਦੇਖਿਆ ਜਾਏ ਕਾਂਗਰਸ ਦੀ ਹਮਾਇਤ ਕੀ ਕਰਨੀ ਹੈ, ਕਾਂਗਰਸ ਨੇ ਖੁਦ ਇਹਨਾਂ ਕਰੋ ਸਾਰੇ ਕੁਛ ਦੀ ਜ਼ਿੰਮੇਵਾਰ ਹੈ। ਇਹ ਜਿਹੜੇ ਕਾਨੂੰਨ ਸਾਡੇ 'ਤੇ ਅੱਜ ਥੋਪੇ ਜਾ ਰਹੇ ਜਿਨ੍ਹਾਂ ਦੀ ਖਤਰਾ ਅੱਜ ਪੂਰੇ ਦੇਸ਼ ਨੂੰ ਵਕਤ ਬਣਿਆ ਹੋਇਆ ਹੈ, ਇਹ ਗੈਟ 'ਚੋਂ ਨਿਕਲ ਕੇ ਆਏ, ਅਤੇ ਗੈਟ 1994 ਜਦੋਂ ਸਾਈਨ ਹੁੰਦੇ ਆ ਉਦੋਂ ਨਰਸਿਮ੍ਹਾ ਰਾਓ ਕਾਂਗਰਸ ਦੇ ਪ੍ਰਧਾਨ ਮੰਤਰੀ ਸੀਗੇ, ਤਾਂ ਇਹਨੇ ਜੋ ਨਿੰਦਣ ਵਾਲਾ ਤੇ ਸਲਾਉਣ ਵਾਲਾ ਕੋਈ ਨਹੀਂ, ਸਾਰੇ ਦੇਸ਼ ਦੇ ਦੁਸ਼ਮਣ ਨੇ, ਕੋਈ ਦੋ ਰਾਵਾਂ ਨਹੀਂ ਇਸ ਗੱਲ ਦੇ। ਮੈਂ ਤਾਂ ਇਸ ਗੱਲ 'ਚੋਂ ਕਹਿ ਰਿਹਾ ਕਿ ਇਹ ਇਹਨਾਂ ਦਾ ਨਾਰਾ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾ ਦਿਆਂਗੇ, ਪਰ ਅੱਜ ਕੀ ਹੋ ਰਿਹਾ ਇਸ ਅੰਦੋਲਨ ਦੀ ਬਦੌਲਤ, ਹਾਲਾਂਕਿ ਅਸੀਂ ਬਿਲਕੁਲ ਨੋਨ ਪੋਲੀਟੀਕਲ ਵੇ ਨਾਲ ਚੱਲ ਰਹੇ ਸੀ, ਇਹ ਸਾਡਾ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ। ਸਾਨੂੰ ਮੀਟਿੰਗਾਂ ਦੇ ਵਿੱਚ ਜਦੋਂ ਇਹਨਾਂ ਨੇ ਇੱਕ ਤਰ੍ਹਾਂ ਦਾ ਤਾਨਾ ਮਾਰਿਆ ਪੀਯੂਸ਼ ਗੋਇਲ ਨੇ ਕਿ ਜੀ ਤੁਹਾਡੇ ਅੰਦੋਲਨ ਦਾ ਕੀ ਪ੍ਰਭਾਵ ਹੈ, ਅਸੀਂ ਬਿਹਾਰ ਦੇ ਵਿੱਚ ਇਲੈਕਸ਼ਨ ਜਿੱਤ ਲਈ ਤੇ ਉੱਥੇ ਦੇ ਜੇਕਰ ਉੱਥੇ ਕਿਹੜਾ ਕਿਸਾਨ ਹੈ ਨਹੀਂ, ਉੱਥੇ ਵੀ ਤਾਂ ਕਿਸਾਨਾਂ ਨੇ ਵੋਟਾਂ ਪਾਈਆਂ, ਪਰ ਇਹ ਵੀ ਆਪਾਂ ਦੇਖਿਆ ਹੈ ਨਾ ਕਿ ਜਦੋਂ ਤੇ ਕੋਈ ਰੈਲੀ ਕਰਦੇ ਸੀ ਤਾਂ ਕੁਰਸੀਆਂ ਖਾਲੀ ਪਈਆਂ ਸੀ, ਜਦੋਂ ਵਿਰੋਧੀ ਰੈਲੀਆਂ ਕਰਦੇ ਸੀਗੇ ਤੇ ਲੋਕਾਂ ਦਾ ਮਤਲਬ ਜਨ ਸੈਲਾਬ ਆ ਜਾਂਦਾ ਸੀ, ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਜੇਕਰ ਵੇਖੀਏ ਤਾਂ ਇਹਨਾਂ ਦਾ ਜਿੱਤ ਜਾਣਾ ਕਿਤੇ ਨਾ ਕਿਤੇ ਮਤਲਬ ਸ਼ੱਕੀ ਹੈ, ਉਹ ਆਪਣੇ ਆਪ ਨੂੰ ਮਤਲਬ
सर्टिफाई नहीं कर सकते कि असि बिल्कुल मतलब लोगों की वोट ना जीती है कितने ना कि कोई दाव पेच है दाव पेच उ वरते गए थोड़ा लगता है यूपी च हाँ यूपी बारे तुसी कह रहे हो यूपी मिशन चलाना है 100% है 100% है पर लेकिन बदला जोड़ तोड़ की है फिर मैं दसदा जिहड़े दाव पेच वरतन दा हुंदा जी हर हर एक मतलब एक मौका हुंदा है वह मौका वरत्या जांदा है जदों अज देश अवेयर हो गया देश जाग पिया जे हुण मन लो पंजाब दे विच कल नूं बीजेपी जिते वह दाव पेच वरत के की लोग फिर मतलब इहनूं समझणगे नहीं जां हरियाणा जे वह दाव वरत के बीजेपी जिते दा लोग उहनूं महसूस नहीं करनगे वी करिया की इहनां ने तो वह गल मतलब वर्ल्ड दे विच फैलदी है इहनां दी जिहड़ी जिहड़ी नीयत है जां जिहड़ी इहनां दी कम करन दा ढंग है वह पूरी दुनिया के बदनाम होंदा है कि तुसीं बेईमानी करके सारा कुछ कर रहे हैं तो अज अंदोलन ने लोगों नूं इन्ना मतलब जागृत करता है इन्ना सुचेत करते ने कि तुसीं नोट कर लियो गल कि यूपी दे विच जिहदे दा इलैक्शन हुंदी है नगर निगम की वह सारी हारदे आ तकरीबन 3,500 दे विचों सिर्फ 600 सीटां जितदे आ इह और अगे जाके जदों आपदी शक्ति नाल कम करदे आ उदों इन्हां दे प्रेजिडेंट सारे इन्हां दे बणदे आ वह पैसा है वह पैसा बोलिया है लोग नहीं लोगों की वोट इन्हां दे खिलाफ है पैसा बोलिया पैसे नाल वह कम करिया आपदी शक्ति नाल पैसा करिया डंडे दे जोर ते कम किया गया लो सो ये गल्लां इह होंदियां दूसरी गल तुसीं इह गल कीती सी कि प्राप्ति की नज़र आ रही है देखो देश का एकजुट हो जाना एक बहुत वधिया संकेत है जिहनूं असीं चिंतित सी लगातार 1994 तो लैके कि जो गैट हिंदुस्तान वल नूं वध रिहा है इहदे तों लोकां नूं अवेयर करना लोगों नूं जगाउणा है बहुत खतरनाक भयानक दैत है तूफान है जिहदा मुकाबला करन दे लई लोग साडे समर्थ नहीं नज़र आ रहे लोग पोलीटिकल धिरां दे विच वंडे होए ने लेकिन अज इक्को दम एक ऐसा मतलब मोड़ आया कि सारा देश मतलब जागृत होया और उस ऐस एकता दे विचों ऐस जित दे विचों अगली एकता बनी रहेगी और उस एकता दे विचों असीं मतलब जिहड़ा गैट वर्गियां नीतियां जिहड़ियां साडियां स्वामीनाथन रिपोर्टर वर्गियां चीज़ां जिहड़ियां साडे लई लोकां लई एक संजीवनी बूटी ने वह लैण दे लई साडा अगला अंदोलन है जिहड़ा उहदा रस्ता पद्धर होगा सो असीं मतलब बहुत कुछ अचीव कर रहे हैं इहदे विचों कि देश एकजुट होया बीजेपी वाले कह रहे हैं जदों गुरनाम सिंह चडूनी लगातार टिप्पणियां कर रहे सी मोर्चा सस्पेंड करता है हुण भी उन्हां दियां कई जिहड़े बयान आए है उसनूं लैके भी चर्चावां चल रही ने बीजेपी वाले कह रहे हैं कि देश नूं एकजुट करन वाले आपस च पाट रहे नहीं गुरनाम दी विचार वक्री है ये हो सकती है कोई गल नहीं लेकिन गुरनाम फिर भी यह कहिंदा कि मैं मोर्चे दे नाल हां मोर्चा छड्ड के नहीं जा रहा क्योंकि असीं एकजुट हां उत्थे कोई दिक्कत नहीं उहदी विचारधारा हो सकती है कि मैं चुनाव लड़नी चाहीदी है जां उहदी विचार हो सकती है कि मिशन यूपी नालों मिशन पंजाब इफेक्टिव रहेगा यह उहदी विचार हो सकती है लेकिन मोर्चे तो परे नहीं गा गुरनाम ते ना जावे यह भी सानू पता है कि मोर्चे तो परे नहीं जांदा मोर्चे दे नाल रहेगा इन्ना सानू विश्वास है एकजुट रहांगे मोर्चा जितांगे हुण जिहड़े सियासी लोग कह रहे हैं आपस च पाट रहे उहनां नूं की कहोगे फिर तुसीं देखो सियासियां दीआं क्या सराईआं है उन्हां दीआं क्या सराईआं हुंदीआं सियासियां ने एक इस मोर्चे नूं तोड़न वास्ते एक षडयंत्र है वह वरत रहे ने तुसीं एक गल होर नोट करो जे कदे एक पंजाब दे अंदर वेव चली PPP दी चली ना लखां लोग मतलब जिधर नूं मनप्रीत बादल तुरिया उधर नूं लखां लोग तुरे उठ के लेकिन मौक ग्राउंड ते जाके किन्ने बड़िया आपां देखिया सारा कुछ यह पोलीटिकल गेमां होया करदियां ने लोग राजनीतिक गेमां खेडदे ने असीं कितें ना कितें उहदे विच मतलब सट खा जांदे आ 2022 किसान मोर्चे दी वेव चलूगी नहीं साडी सूबियां च चोणां ने मिशन यूपी चल रहा हां मैं दसदा किसान मोर्चे दी वेव इलैक्शन लड़न दी बिल्कुल नहीं है साडा प्रायोरिटी है कि असीं 3 बिल रद्द कराइए स्वामीनाथन कमीशन दीआं सिफारशां अनुसार लोकां नूं फसल दा भाव मिले उहदे च गरंटी दा कानून बनवाइए और जिहड़ा पोल्यूशन दे संबंध च एक्ट लैके आ रहे ने जां बिजली सोध बिल 2020 लैके आ रहे ने मुड़ मुड़ के वो सारे पिछे हटन सरकारों तो महंगाई दर कित्थे पहुंच गई जे आपां डीजल दी गल करिए असीं उस दिन तो मंगदे आ रहे हैं कि घट्टो घट किसान नूं जिहड़ा देश दा ढिड भरदा है और आप भुखा रहिंदा है और उहदी आपदी हालात इह ने कि वह बेचारे दे पैरां च चप्पलां ने और उहदे लई घट्टो घट डीजल ते सबसिडी डीजल सस्ते रेट ते मिलना चाहिए वैसे तो सारे देश नूं मिलना चाहिए क्यों क्योंकि जिस वेले यह फिर गल तुहाडी फिर हुण इत्थे आऊगी तुसीं कहोगे तुसीं कांग्रेस की सपोर्ट करदे आ मैं कांग्रेस की सपोर्ट नहीं करता मैं पिछली सरकार की गल करदा पिछली सरकार सी जिस वेले उस वेले
कौमांतरी मार्केट दे विच कच्चे तेल की कीमत की सी 107 डॉलर प्रति बैरल तो लैके 121 डॉलर प्रति बैरल तक रही और वो जिहड़ा इहनां वो रहा उस टाइम दे उत्ते डीजल की कीमत 53, 54, 55 रुपये तक रही हुण 53 तो लैके 56 तक उहदी कीमत रहिंदी है। कच्चे तेल की कीमत 107 तो लैके 121 डॉलर प्रति बैरल तक रहिंदी है और अगे आ जाती है सरकार मोदी जी की साडे प्रधानमंत्री जी आ रहे हैं इन्हां दे समय दे विच कच्चे तेल की जिहड़ी कीमत है वह 70 बैरल डॉलर प्रति बैरल ते आ गई ते उहदे जदों 70 डॉलर प्रति बैरल ते रेट घट के आया तो डीजल का रेट घटना चाहिए सुभाविक है लेकिन रेट वध के 95-96 रुपए प्रति मतलब लीटर से चलिया गया वो सारे लोगों को मतलब इन्होंने सट मारी है और सारे वर्ल्ड चो मेरा ख्याल है इन्ना बड़ा टैक्स कितने नहीं है जिथे इन्होंने किया साड़िया सारिया मंगा ने कि इन्होंने मंगा के उत्ते केंद्रित रख के असं लड़ रहे हैं तो साड़ी भावना इलैक्शन लड़न की बिल्कुल नहीं है क्योंकि असं एक मतलब बहुत सारे संगठन इकट्ठे होकर चल रहे हैं मिनीम कॉमन प्रोग्राम के उत्ते लड़ाई है वो तो इकट्ठा साडा पहला तो मतलब प्रोग्राम है कि असं नॉन पोलीटिकल रहेंगे और अज वो अगर साडे विचों कोई भी साथी पोलीटिकल होने की गल करता है तो मैं लगता कितने ना कितने मोर्चे उत्ते सवाल उठते हैं इस करके असं सारे वीरवान मतलब अपील भी करा कि सू मतलब अजी कोई गल मोह नहीं करनी चाहिए। गुरनाम चड्डू नहीं कह रहे मैं संयुक्त किसान मोर्चे की मीटिंग च नहीं आऊँगा एक कमेटी भी बनाई गई उन्होंने गलबात करने के लिए कमेटी मिली भी है कल उन्होंने साडे सोर्स दस रहे हैं की गलबात हुई उन्होंने नहीं हजे वो कमेटी मिली जरूर है लेकिन साढ़े नाल सांझी नहीं की गल उन्होंने मीटिंग भी हुई उस तो बाद तुहाडी नहीं मेरी नहीं मीटिंग हुई उस तो बाद उन्होंने पंजाब ते हरियाणा दीआं जथेबंदीआं दी मीटिंग हुई बाद मैं दसदा नहीं वो मीटिंग नहीं सी वो मैं दसदा की सी साडा पंजाब दा एक आगू कुलदीप सिंह वजीतपुर उन्हां दा बर्थडे सी उन्हां दा जन्मदिन सी उन्होंने जन्मदिन ते सानू सारिआं नूं सद्दिआ सी और वो जिहड़े हरियाणे वाले इत्थे वर्क कर रहे थे या कमेटी जिहड़ा काम कर रही थी वह जिन्हें आगू इत्थे सी उन्हां सारिआं नूं मतलब उत्थे बिठा के असीं चाह पानी पिया और इस तों बाद कुछ नहीं सी। जिस तरीके नाल तुसीं कहा कि कमेटी मिली है भरोसा दवाया जा रहा चड्डूनी हुरी आउणगे दुबारा मीटिंग दे विच क्योंकि कह रहे जिस तरीके कह रहे थे कि जनरल बॉडी की मीटिंग होंगी है उसनों लैके भी कोई आगू विच बैठता है कोई नहीं बैठता इसनों लैके मतभेद जिहड़े आ बाहर उजागर हुए सी। नहीं देखो मैं दसदा गल कि कई बार आगुआं दी भी ये भी एक समाजिक जीव ने हर आगू की भी कुछ परिवारक जिम्मेवारियां कुछ जथेबंधक जिम्मेवारियां कुछ होर तरह दियां भी कम कर है जथेबंदी चलाउणी कोई सौखा काम नहीं है जिम्मेवारी जदों सिर ते हुंदी है लगता है भी उन्हां तों भी गलतियां होईयां होणगीआं सुभाविक है कोई दो रावां नहीं कम करन वाले बंदे तों गलती होंदी हुंदी है ये कोई ये नहीं है कि कोई आदमी पूरा पूरा तो बाबा नानक ही है उस तो बगैर साहब दे गुस्से के लिए कितने जायज है नहीं जेडे गुस्सा करना मैं कहूंगा कि बैठ के गल करनी चाहिए है असी बैठ के गल करिए जेडी गल ठीक करने वाली असी बह के ठीक करिए असी उन्हों मतलब देखो इत्थे मैं कहूंगा मेरे वीर है वड्डा इत्थे आके उन्हां दा एक सुभा है बहुत छेती मतलब वो प्रेस दे सामने या वीडियो बना के पा देंदे है जिमें कि एक दिन एक छोटी जी गलती हुई इन्हां दे हरियाणे च किसी गल तो कुछ जथेबंदियां दो जथेबंदियां इहदे तो खफा हो गईयां वो तुहाडी अर्गी उम्र दे मुंडे आ दोने वो बागी हो गए उन्होंने कहा जी नहीं असीं तां एमएलए दा करके रहांगे इन्हां दा फैसला उन्होंने नहीं मन्निया टोहाने दी गल हां टोहाने दी गल है वो जो बागी होकर चले जाते हैं वो साढ़े संयुक्त मोर्चे के हिस्सा ने नाराजगी आई उन्होंने साड़ी जिम्मेवारी बनती है कि उन्होंने असं पूछ गए भी काका की गल है मोर्चा का एक मैसेज गलत जा रहा है कि तुम मोर्चे की गल ना मनते हुए मतलब बाहर ला रहे हो और उन्होंने मौका ही ना दे के मतलब किड्डी वड्डी गलती मतलब कॉल च मोर्चे की ही कॉल थी कि विरोध किया जाए एमएलए बबली का जो विरोध होया तो होर भी आगुआ का पंजाब च भी जारी है हुण भी जारी है मोर्चे की भी कॉल सी कि सियासी लीडर सवाल किए जा विरोध किया जाए ये मोर्चे की बहुत शुरू तो कॉल है कि बीजेपी JJP भाव जो मतलब इन्होंने सहयोगी पार्टियां है उन्होंने विरोध किया जाए एमएलए बबली का विरोध जायज सी नहीं जायज तो जो जी मुंडा ने कर रहे हैं उस जिदा BJP का है या JJP का है तो उन्होंने विरोध जायज है वह कर रहे हैं जरा सवाल इस गल का नहीं भी जायज या नजायज सवाल इस गल का कि वह फैसले तो खफा होकर नाराजगी विखा के उत्थे चले गए जो उत्थे चले जाते हैं तो मैं अपनी गल भाई गुरनाम की चल रही थी कि उन्होंने सुभा है कि एकदम मतलब मीडिया के सामने आ जाना हालांकि उन्होंने ये बयान देता कि भाई
संयुक्त मोर्चे का इन्हों कोई लेना देना नहीं, ये आपकी बनी दे आप जिम्मेवार हो गए। तो मैं लगता भी ये संयुक्त मोर्चे का घट्टो घट असी जो बैठे हैं जिन्हें कि इतने बैठे हैं उन्होंने इमीजिएटली टैलीफोन पर भी मतलब गलबात की जा सकती सी कि उन्होंने ऐ किया वो उन्होंने साढ़े ना किसी ने गल किए तो बगैर ही फैसला ले लिया और उन्होंने बेचारे ये कहता और वो सानू फिर यह लग्या गल भी तो बड़ा माड़ा काम होजूगा ये जेडे मतलब 100-150 बंदा फड़िया गया इन्हों मतलब किसी ने पुलिस इन्हों तंग करेगी परेशान करेगी इन्हों तो छड़ना ही नहीं वो सानू रात को 11-12 बजे जाके उन्होंने ठीक करना पाया जाके कहना पाया कि पूरा देश अज अंदोलन कर रहा है साढ़े संयुक्त मोर्चे की कॉल से प्रोटेस्ट कर रहे ने इन्हों वक्ख नहीं वेख्या जा सकता तो असी ये सारा मतलब मोर्चा इन्हें खड़े हैं वो सानू कहना पाया उस वेले जाके। तो मेरा मतलब गल कर जी गल का जवाब से है कि कई बार जल्दबाजी के कोई गल कह देंगे है पर फिर भी साडा भरा है वह सुभा है जल्दबाजी गल कह कोई गल नहीं कर लाँगे ठीक साड़ी कोशिश है कि रल मिल के असी मोर्चे मतलब चलाइए। केश टकैत खुरा ने भी एक बयान दिता कि 15 तरीक न चाहे हैलीपैड राही जाना पवे पर्सनल जैट पर जाना पवे मैं फिर भी जाऊँगा तिरंगा ला के आवेंगे दिल्ली के अंदर जाके ला के आवेंगे। देखो मैं कहूँगा कि राकेश टकैत का अजिहा बयान देना उन्हूं अपने आप का पता नहीं गा कि मेरा बयान की करता है मैं समझूंगा उदा इमेच्योरपना है। मैं लखनऊ जिदे प्रेस कॉन्फ्रेंस हुई है तुसीं प्रेस कॉन्फ्रेंस दे विच मेरी गल सुनियो मैं क्लीयर कट ये गल कह के आया कि प्रेस ते देश उस गल नूं संयुक्त मोर्चे का फैसला मने जिहड़ा असी सारे जाने इकट्ठे हो गए प्रेस कॉन्फ्रेंस दे विच कहने आ या जिहड़ा साडा प्रेस स्टेटमेंट संयुक्त मोर्चे की प्रेस स्टेटमेंट जांदा है और जे कोई कल्ला आदमी जो कहिंदा है वह बिल्कुल मतलब संयुक्त मोर्चे का फैसला नहीं वह उन्हों का अपना फैसला निजी फैसला है तो संयुक्त मोर्चा उन किसी का भी निजी फैसले को लागू नहीं करता संयुक्त मोर्चा उस फैसले को लागू करता जिहड़ा इत्थे असीं मिल के बैठ के घट गिनती बहुगिनती के फैसले नाल असल तो साडी कोशिश हुंदी है कि घट गिनती बहुगिनती नाल भी नहीं असीं वह फैसला लईए जिहड़ा सर्वसंमति नाल सब नूं प्रवान होवे इह हुंदा है। तुसीं कहा कि इनमैच्योरनैस उन्होंने दिखाई है बयान दे के 9 मैंबरी कमेटी च ने संयुक्त किसान मोर्चे की फिर की लगता है भी जदों कमेटी के मैंबर ही फिर तुसीं कह रहे हो इनमैच्योरनैस दिखा रहे हैं फिर की लगता थोनू गल थोड़ी बहुत वड्डी है बई पर जिहियां गल्लां कदे ना कदे मतलब किसी भी आदमी तो हो सकदियां ने इंडिविजुअल तौर पर सारे बयान दे रहे हैं जे चडूनी कह रहे हैं कि चोणां लड़नियां चाहीदियां टकैत कह रहे हैं मैं तिरंगा ला के आऊंगा चाहे मैनूं जट ते जाणा पवे तो फिर की लगता है जदों सारे की लगता सारे जिवें तुसीं कहा कि चडूनी होरां ने बयान दिता संयुक्त किसान मोर्चा उन्हां मुंडियां नूं पासे करता उन्होंने मुंडियां नूं हैना तुसीं कहा कि इंडिविजुअल तौर पर हर कोई बयान दे दिंदा वरजिया नहीं जांदा टकैत साहब नूं जां चडूनी जां होर भी जिहड़े सारे बयान दिंदे आ मीटिंग च वरजिया नहीं जांदा फिर कोशिश 100% साडी सारिआं दी है। दो गल्लां च असीं घिरे होए आ इक तां देश नूं लै के चलना है यूथ नूं संभाल के चलना है मोर्चे नूं किस तरीके दे नाल बचा के जित वल लैके जाणा है ये साडे लई इक तां इक पहली चुनौती है। दूसरा इन्ना सारा परिवार है जिहड़ा ना जी हर आगू की आपदा आपदा गल करन दा ढंग है हर आगू का अपनी अपनी थ्योरी है वह किस ढंग नाल लोकां नूं मतलब अपने नाल जोड़दा है ये उहदा ढंग तरीका होया करदा जिवें कई आगुआं का विचार हुंदा है कि मैं जिन्ना गर्म बोलूँगा जिन्ना तत्ता बयान देऊंगा उहदे नाल लोग मेरे नाल जुड़नगे लेकिन साडा ये विचार नहीं साडा ये विचार है कि असीं लोग जोड़न दी तां लोग तां जुड़ गए मोर्चे नाल देश तां मोर्चे नाल जुड़ गया हर आदमी मोर्चे नाल जुड़िया होया है सानूं तत्ते बयान देण दी बजाय सानूं इस तरह का बयान देना चाहिए जिहड़ा किसी भी तरह मोर्चे का नुकसान ना करे देश का नुकसान ना करे असी जितना है तो देश दे विच ही रहना है ना ये तो है नहीं कि असी फॉरन दे विच बाहरले मुल्क चले जावांगे मोर्चा जित के तो साडा देश भी साडा है देश नूं भी बचाउणा है और मोर्चा भी जितना इसे दे विच रहिंदे हां जितना इहदे लई सानूं सारिआं नूं असी बार बार कहिंदे रहिंदे हां जदों 9 मैंबर कमेटी आउंदी जिहड़ी तुसीं आ सवाल कीता है ये असीं 9 मैंबर कमेटी दे विच ये रख चुके हाँ और 10 तरीक नूं स्पैशल साडी 9 मैंबर कमेटी इन्हां इशूआं ते है कि जिहड़े आदमी अजिही बयानबाजी करदे आ ਉਹ ਉਹਦੇ ਬਿਆਨਾਂ ਦੇ ਉੱਤੇ ਮਤਲਬ 9 ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹੀ ਜਦੋਂ ਅਜਿਹੇ ਬਿਆਨ ਦਿੰਦੇ ਆ ਫਿਰ ਮੈਂ ਕਹਿੰਦਾ ਅਕਸਰ ਇੱਕ ਆਦਮੀ ਬਿਆਨ ਦਿੰਦਾ ਦੋ ਆਦਮੀ ਬਿਆਨ ਦਿੰਦੇ ਆ ਨਾ ਪੂਰੀ 9 ਮੈਂਬਰ ਕਮੇਟੀ ਦਾ ਬਿਆਨ ਨਹੀਂ ਨਾ ਦੇ ਰਹੀ ਉਹ ਇੱਕ ਆਦਮੀ ਦਾ ਬਿਆਨ ਉਹ 9 ਮੈਂਬਰ ਕਮੇਟੀ ਦੇ ਵਿੱਚ ਹੀ ਤਾਂ ਬਿਠਾ ਕੇ ਸਮਝਾਵਾਂਗੇ ਨਾ ਕਿ ਵੀਰ ਤੁਹਾਡਾ ਇਹ ਬਿਆਨ ਮਤਲਬ ਗਲਤ ਹੈ ਇਹ ਬਿਆਨ ਕਿਤੇ ਨਾ ਕਿਤੇ ਤੁਸੀਂ ਇਹ ਨਾ ਮੰਨੋ ਕਿ ਮੈਂ ਜਗਜੀਤ ਸਿੰਘ ਡੱਲੇ ਵਾਲਾ ਇੰਟਰਵਿਊ ਦੇ ਰਿਹਾ ਇਹ ਮੰਨਣਾ ਚਾਹੀਦਾ ਕਿ ਮੈਂ ਸੰਯੁਕਤ ਮੋਰਚੇ ਦਾ ਇੱਕ ਪਾਰਟ ਟਾਈਮ ਇੰਟਰਵਿਊ ਦੇ ਰਿਹਾ ਇਹ ਜਿਹੜੀ ਮੇਰੇ ਮੂੰਹ ਗੱਲ ਨਿਕਲਣੀ ਹੈ ਉਹ ਸੰਯੁਕਤ ਮੋਰਚੇ ਦੇ ਨਾਲ ਜੁੜ ਕੇ ਨਿਕਲਣੀ ਹੈ
ਤੇ ਕਿਤੇ ਨਾ ਕਿਤੇ ਸੰਯੁਕਤ ਮੋਰਚੇ ਦੇ ਦੀ ਕਾਲ ਸਮਝ ਕੇ ਕੁਛ ਪਰਸੈਂਟ ਆਦਮੀਆਂ ਨੂੰ ਉਹ ਮਤਲਬ ਇਫੈਕਟ ਕਰ ਸਕਦੀ ਹੈ, ਨੁਕਸਾਨ ਕਰ ਸਕਦੀ ਹੈ ਸਾਡੇ ਅੰਦੋਲਨ ਦਾ। ਸ਼ਕੈਤ ਚੰਡੀਗੜ੍ਹ ਆਉਂਦੇ ਨੇ ਗੁਰਦੁਆਰਾ ਅੰਬ ਸਾਹਿਬ ਨਤਮਸਤਕ ਹੁੰਦੇ ਨੇ, ਬਾਅਦ 'ਚ ਗੱਲਬਾਤ ਵੀ ਹੁੰਦੀ ਹੈ ਸਾਡੀ। ਚੋਣਾਂ ਨੂੰ ਲੈ ਕੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਜੇ ਅਸੀਂ ਵੋਟ ਪਾ ਸਕਦੇ ਹਾਂ ਤਾਂ ਚੋਣਾਂ ਕਿਉਂ ਨਹੀਂ ਲੜ ਸਕਦੇ। ਟਕੈਤ ਹੋਰਾਂ ਦਾ ਬਿਆਨ ਵੀ ਸੀ ਇਹ, ਆਨ ਦੀ ਰਿਕਾਰਡ ਹੈ ਪ੍ਰੋ ਪੰਜਾਬ ਟੀਵੀ ਦੇ ਉੱਤੇ, ਮੈਂ ਸੁਣਾ ਸਕਦਾ ਤੁਹਾਨੂੰ। ਚੁੜੂਨੀ ਹੋਰਾਂ ਨੂੰ ਇਸ ਬਿਆਨ ਦੇ ਉੱਤੇ ਸਸਪੈਂਡ ਕੀਤਾ ਜਾਂਦਾ ਹੈ ਅਤੇ ਕਈ ਲੋਕ ਕਹਿ ਰਹੇ ਆ ਕਿ ਟਕੈਤ ਹੋਰਾਂ ਨੂੰ ਕਿਉਂ ਨਹੀਂ ਫਿਰ ਨਹੀਂ। ਮੇਰੇ ਉਹ ਸਾਡੇ ਹਜੇ ਮਤਲਬ ਸਾਹਮਣੇ ਨਹੀਂ ਆਇਆ ਇਹ ਬਿਆਨ, ਅਗਰ ਆਉਂਦਾ ਇਹ ਬਿਆਨ ਸਾਡੇ ਸਾਹਮਣੇ ਤਾਂ 100% ਕੱਲ੍ਹ ਦੀ ਮਤਲਬ ਜਿਹੜੀ ਉਹ ਮੀਟਿੰਗ ਹੈ ਉਸ ਮੀਟਿੰਗ ਦੇ ਵਿੱਚ ਕਾਰਵਾਈ ਕਰਾਂਗੇ, ਉਸਦੇ ਕੋਲ ਸਵਾਲ ਦਾ ਜਵਾਬ ਪੁੱਛਾਂਗੇ ਵੀ ਤੂੰ ਇਹ ਕੀ ਕਹਿ ਰਿਹਾ। ਬਿਆਨ ਆਉਣ ਦੀ ਰਿਕਾਰਡ ਹੈ, ਮੈਂ ਦਿਖਾ ਸਕਦਾ। ਮੈਨੂੰ ਤੁਸੀਂ ਭੇਜ ਦਿਓ ਉਹਦੀ ਮਤਲਬ ਲਿੰਕ ਭੇਜ ਦਿਓ, ਅਸੀਂ ਕੱਲ੍ਹ ਵੀ ਪੁੱਛ ਲਾਂਗੇ ਤੂੰ ਵਿਆਹ ਤੂੰ ਕੀ ਬਿਆਨ ਦੇ ਰਿਹਾ ਬਈ। ਸਾਡਾ ਦੇਖੋ ਗੱਲ ਕੀ ਹੈ, ਮੈਂ ਫਿਰ ਬੇਨਤੀ ਕਰਾਂ, ਕੋਈ ਆਦਮੀ ਮੁੱਖ ਮੰਤਰੀ ਬਣਨਾ ਚਾਹੁੰਦਾ ਹੋਵੇ, ਕੋਈ ਆਦਮੀ ਸੀ ਪੀਐਮ ਬਣਨਾ ਚਾਹੁੰਦਾ ਹੋਵੇ, ਲੇਕਿਨ ਸਾਡੀ ਬੜੀ ਕਲੀਅਰ ਕੱਟ ਹੈ ਕਿ ਜਿਹੜਾ ਸਾਡੀ ਏਕਤਾ ਬਣੀ ਹੈ ਨਾ ਜੀ, ਵੱਖ ਵੱਖ ਵਿਚਾਰਧਾਰਾਵਾਂ ਦੇ ਲੋਕ ਬੈਠੇ ਨੇ, ਉਹਨਾਂ ਦੀ ਏਕਤਾ ਹੈ। ਕੋਈ ਚਾਹੁੰਦਾ ਹੈ ਕਿ ਮੈਂ ਸੱਤਾ 'ਚ ਹਿੱਸਾ ਲੈਣਾ, ਮੈਂ ਸੱਤਾ 'ਚ ਆਉਣਾ, ਕੋਈ ਚਾਹੁੰਦਾ ਕਿ ਨਹੀਂ ਅਸੀਂ ਇਨਡਾਇਰੈਕਟ ਲੈਣਾ, ਕੋਈ ਕਹਿੰਦਾ ਬਿਲਕੁਲ ਲੈਣਾ ਹੀ ਨਹੀਂ, ਕੋਈ ਕਹਿੰਦਾ ਬਿਲਕੁਲ ਸਾਫ ਪਾਕ ਰਹਿਣਾ, ਅਸੀਂ ਤਾਂ ਇੱਕ ਮਤਲਬ ਪ੍ਰੈਸ਼ਰ ਗਰੁੱਪ ਬਣਾਉਣਾ ਬਹੁਤ ਤਕੜਾ ਵਰਲਡ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਕਿਉਂਕਿ ਵਰਲਡ ਦਾ ਮੈਂ ਨਾਂ ਇਸ ਕਰਕੇ ਲਿਆ ਕਿ ਸਾਨੂੰ ਵਰਲਡ ਤੋਂ ਸੱਟ ਵੱਜ ਰਹੀ ਹੈ, ਵਰਲਡ ਦੀ ਉਹਨਾਂ ਪੋਲਿਸੀਆਂ ਤੋਂ ਸੱਟ ਵੱਜ ਰਹੀ ਹੈ। ਔਰ ਜੇ ਅੱਜ ਪੂਰਾ ਵਰਲਡ ਸਾਡੇ ਨਾਲ ਲੜ ਰਿਹਾ, ਸਾਡੇ ਪੱਖ 'ਚ ਖੜ ਕੇ ਲੜ ਰਿਹਾ, ਤਾਂ ਪੂਰੇ ਵਰਲਡ ਦੇ ਵਿੱਚੋਂ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਤਕੜਾ ਵੱਡਾ ਮਜ਼ਬੂਤ ਪ੍ਰੈਸ਼ਰ ਗਰੁੱਪ ਬਣੇ, ਕਿਸੇ ਥਾਂ 'ਤੇ ਵੀ ਮੁਸ਼ਕਿਲ ਆਉਂਦੀ ਹੈ ਉੱਥੋਂ ਅਸੀਂ ਆਪਦੀ ਆਵਾਜ਼ ਬੁਲੰਦ ਕਰੀਏ। ਉਹਦੇ ਨਾਲ ਸਰਕਾਰ ਨੂੰ ਹਮੇਸ਼ਾ ਸਰਕਾਰਾਂ ਮਨਮਾਨੀ ਉਦੋਂ ਕਰਦੀਆਂ ਹੈ ਜਦੋਂ ਲੋਕ, ਇੱਕ ਕਹਾਵਤ ਹੈ ਕਿ ਜਦੋਂ ਸੜਕਾਂ ਵਿਹਲੀਆਂ ਹੋ ਜਾਣ ਉਦੋਂ ਹਾਕਮ ਆਪਣੀ ਮਨਮਰਜ਼ੀ ਕਰਦੇ ਆ, ਜਦੋਂ ਸੜਕਾਂ ਲੋਕਾਂ ਦੇ ਇਕੱਠਾਂ ਨਾਲ ਭਰ ਜਾਂਦੀਆਂ ਉਦੋਂ ਮਨਮਾਨੀ ਕਰਨ ਤੋਂ ਲੋਕ ਮਤਲਬ ਇਹ ਜੇ ਹਾਕਮ ਲੋਕ ਆ ਪਿੱਛੇ ਹਟਦੇ ਨੇ। ਤਾਂ ਇਸ ਲਈ ਅਸੀਂ ਇੱਕ ਵੱਡਾ ਪ੍ਰੈਸ਼ਰ ਗਰੁੱਪ ਬਣਾਈਏ, ਉਹਦੀ ਬਹੁਤ ਲੋੜ ਹੈ। ਸਰਕਾਰ ਜਿਹਦੀ ਮਰਜ਼ੀ ਬਣ ਜਾਵੇ ਉਹਨੂੰ ਸਿੱਧੇ ਰਸਤੇ ਤੋਰਨ ਦੇ ਲਈ ਇੱਕ ਪ੍ਰੈਸ਼ਰ ਗਰੁੱਪ ਹੀ ਹੋਣਾ ਜ਼ਰੂਰੀ ਹੈ, ਜਿਹੜਾ ਅੱਜ ਦੇਸ਼ ਦੇ ਵਿੱਚ ਹੈ ਨਹੀਂ, ਜਿਹਦੇ ਕਰਕੇ ਅੱਜ ਮਤਲਬ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਦੇਸ਼ ਦਾ। ਰਾਹੁਲ ਗਾਂਧੀ ਆਉਂਦੇ ਨੇ ਕਿਸਾਨ ਸੰਸਦ ਦੇ ਵਿੱਚ, ਕੀ ਲੱਗਦਾ ਤੁਹਾਨੂੰ? ਵਿਰੋਧੀ ਧਿਰ ਕਹਿ ਰਹੀ ਅਸੀਂ ਆਵਾਜ਼ ਚੁੱਕ ਰਹੇ ਹਾਂ, ਵਿਰੋਧੀ ਧਿਰ ਦੀ ਭੂਮਿਕਾ ਕਿੱਥੋਂ ਕੁ ਤੱਕ ਹੈ? ਦੇਖੋ ਸੰਸਦ ਦੇ ਵਿੱਚ ਉਹਨਾਂ ਦਾ ਆਉਣਾ ਅਤੇ ਗੈਲਰੀ 'ਚ ਬੈਠਣਾ ਵੇਖਣਾ ਇਹ ਇੱਕ ਇਹ ਸੰਕੇਤ ਦਿੰਦਾ ਹੈ ਕਿ ਉਹਨਾਂ ਨੂੰ ਸਮਝ ਆ ਗਈ ਹੈ ਕਿ ਕਿਸਾਨਾਂ ਬਿਨਾਂ ਸਰਨਾ ਨਹੀਂ, ਇਹ ਪਤਾ ਲੱਗ ਗਿਆ ਉਹਨਾਂ ਨੂੰ। ਦੂਸਰੀ ਗੱਲ ਇਹ ਹੈ ਕਿ ਇਹਦੋਂ ਪਹਿਲਾਂ ਅਸੀਂ ਦੇਖਦੇ ਰਹੇ ਹਾਂ ਕਿ ਵਿਰੋਧੀ ਧਿਰ ਦਾ ਰੋਲ ਕੀ ਰਿਹਾ। ਇਹ ਦੋ ਗੱਲਾਂ ਨੋਟ ਕਰਿਓ, ਐਤਕੀ ਉਹੀ ਵਿਰੋਧੀ ਧਿਰ ਸੀ, ਉਹੀ ਵਿਰੋਧੀ ਲੋਕ ਸੀ ਜਿਨ੍ਹਾਂ ਨੇ ਸੰਸਦ ਦੇ ਵਿੱਚ ਇੰਨਾ ਰੌਲਾ ਪਾਇਆ ਕਿ ਸੰਸਦ ਚੱਲਣ ਨਹੀਂ ਦਿੱਤੀ, ਬਹੁਤ ਘੱਟ ਸਮਾਂ ਸੰਸਦ ਨੂੰ ਮਤਲਬ ਚੱਲਣ ਦਾ ਮੌਕਾ ਮਿਲਿਆ। ਔਰ ਅੱਗੇ ਹਰ ਵਾਰੀ ਕੀ ਕਰਦੇ ਆ, ਵਾਕਆਊਟ ਕਰਕੇ ਬਾਹਰ ਨਿਕਲ ਜਾਂਦੇ ਆ, ਉਹਨਾਂ ਨੂੰ ਗਰਾਊਂਡ ਖਾਲੀ ਛੱਡ ਜਾਂਦੇ, ਜੋ ਮਰਜ਼ੀ ਫੈਸਲੇ ਲਈ ਜਾਂਦੇ ਆ। ਫੈਸਲੇ ਤਾਂ ਉਹਨਾਂ ਦਾ ਬਹੁਤ ਮਤ ਹੈ, ਐਤਕੀ ਵੀ ਲੈਣਗੇ ਲਏ ਹੈ, ਪਰ ਰੌਲੇ ਰੱਪੇ 'ਚ ਬਹੁਤ ਵੱਡੀ ਆਵਾਜ਼ ਦੇਸ਼ ਦੀ ਲੋਕਾਂ ਦੀ ਵਰਲਡ ਦੇ ਵਿੱਚ ਫੈਲੀ ਹੈ ਕਿ ਭਾਰਤ ਸਰਕਾਰ ਲੋਕਾਂ ਨਾਲ ਧੱਕਾ ਕਰ ਰਹੀ ਹੈ। ਤਾਂ ਉਹ ਇਹਦਾ ਮਤਲਬ ਜੇ ਅੱਜ ਆਵਾਜ਼ ਉਠਾ ਸਕਦੇ ਆ ਅੰਦਰ, ਤਾਂ ਪਹਿਲਾਂ ਵੀ ਉਠਾ ਸਕਦੇ ਸੀ, ਪਹਿਲਾਂ ਨਾ ਆਵਾਜ਼ ਉਠਾਉਣਾ ਇਹਦਾ ਮਤਲਬ ਕਿਤੇ ਨਾ ਕਿਤੇ ਸਿੱਧ ਕਰਦਾ ਹੈ ਕਿ ਸਭ ਦੀਆਂ ਨੀਤੀਆਂ ਪਾਲਿਸੀਆਂ ਇੱਕ ਨੇ। ਇਹ ਅੱਜ ਉਹਨਾਂ ਨੂੰ ਮੌਕਾ ਮਿਲਿਆ ਹੋਇਆ, ਕਾਂਗਰਸ ਖਾਸ ਕਰਕੇ ਮੈਂ ਕਹਿ ਲਾਂ, ਉਹ ਤਾਂ ਮੰਨਦੀ ਹੈ ਸਾਡੇ ਤਾਂ ਦੋਵੇਂ ਹੱਥੀਂ ਲੱਡੂ ਹੈ, ਅਗਰ ਕਾਨੂੰਨ ਰੱਦ ਹੁੰਦੇ ਆ ਤਾਂ ਅਸੀਂ ਕਹਾਂਗੇ ਜੀ ਸਾਡੇ ਰੌਲੇ ਨੇ ਰੱਦ ਕਰਵਾਏ, ਅਗਰ ਕਾਨੂੰਨ ਲਾਗੂ ਰਹਿ ਗਏ ਤਾਂ ਸਾਡੇ ਵਾਸਤੇ ਦੋ ਫਾਇਦੇ ਹੈ, ਇੱਕ ਤਾਂ ਮੋਦੀ ਨਿਪਟ ਗਿਆ, ਬੀਜੇਪੀ ਨਿਪਟ ਗਈ ਅਤੇ ਸਾਨੂੰ ਬਿਨਾਂ ਜ਼ੋਰ ਲਾਇਆ ਸ਼ਕਤੀ ਹਾਸਲ ਹੋ ਜਾਵੇਗੀ। ਤੀਸਰੀ ਗੱਲ ਉਹਨਾਂ ਨੂੰ ਫਾਇਦਾ ਕਿ ਇਹ ਕਾਨੂੰਨ ਆ ਜਿਹੜੇ ਕਦੇ ਨਾ ਕਦੇ ਜਦੋਂ ਨਰਸਿਮਾ ਰਾਓ ਦੇ ਸਾਈਨਾਂ ਨਾਲ ਗੈਟ ਦੇ ਉੱਤੇ ਰਾਹੀਂ ਆਏ ਨੇ, ਇਹ ਕਾਨੂੰਨ ਕਿਤੇ ਨਾ ਕਿਤੇ ਸਾਨੂੰ ਲਾਗੂ ਕਰਨੇ ਪੈਣੇ, ਇਹ ਕਾਂਗਰਸ ਦਾ ਮੰਨਣਾ ਹੈ। ਅਤੇ ਅੱਜ ਹੀ ਜੇਕਰ ਮੋਦੀ ਦੀ ਮੌਤ ਦਾ ਕਾਰਨ ਇਹ ਕਾਨੂੰਨ ਬਣ ਜਾਣ, ਮੋਦੀ ਦੀ ਧਿਰ ਦਾ ਉਹਦੀ ਪੋਲੀਟੀਕਲ ਧਿਰ ਦਾ ਖਾਤਮੇ ਦਾ ਕਾਰਨ ਇਹ ਕਾਨੂੰਨ ਬਣ ਜਾਣ, ਤਾਂ ਸਾਨੂੰ ਨਾ ਤਾਂ ਨਾਲੇ ਤਾਂ ਸਾਡਾ ਕਾਨੂੰਨਾਂ ਤੋਂ ਖੜਾ ਛੁੱਟ ਜਾਏਗਾ ਅਤੇ ਨਾਲੇ ਸਾਡੇ ਹੱਥੀਂ ਸਤਾ ਆ ਜਾਏਗੀ। ਉੱਥੇ ਬੜੇ ਦਾਅਤੇ ਖੇਡ ਰਹੇ, ਬੜੇ ਦਾਅਤੇ ਚੱਲ ਰਹੇ ਨੇ, ਸੋ ਸਾਰਿਆਂ ਨੇ ਇਸੇ ਕਰਕੇ ਹੀ ਉਹ ਹਰ ਵਾਰੀ ਮਤਲਬ ਵਾਕਆਊਟ ਕਰਕੇ ਬਾਹਰ ਨਿਕਲਦੇ ਰਹੇ। ਐਤਕੀ ਵਿਪ ਜਾਰੀ ਹੋਇਆ ਕਿ ਬਾਹਰ ਲੋਕਾਂ ਦੇ ਛਿੱਤਰ ਵੀ ਖਾਣੇ ਪੈਣਗੇ, ਬਾਹਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ, ਉਹਦੇ 'ਚੋਂ ਐਤਕੀ ਉਹਨਾਂ ਨੂੰ ਮਤਲਬ ਗਰਾਊਂਡ ਦੇ ਵਿੱਚ ਮਤਲਬ ਖੜਨਾ ਪਿਆ, ਮੈਦਾਨ 'ਚ ਲੋਕਾਂ ਦੇ ਪੱਖ 'ਚ ਗੱਲ ਕਹਿਣੀ ਪਈ। ਔਰ ਉਹ ਲੋਕ ਪੱਖੀ ਹੋਣਾ ਕੀ ਆਪਾਂ ਮੰਨੀਏ ਇਹਨਾਂ ਦਾ, ਇਹ ਤੁਹਾਨੂੰ ਜਿਹੜੀਆਂ ਗੱਲਾਂ ਇਹਦੇ 'ਚੋਂ ਆਪਣੇ ਆਪ ਪਤਾ ਲੱਗਦਾ ਹੈ ਕਿ ਲੋਕ ਪੱਖੀ ਵਾਲੀ ਗੱਲ ਨਹੀਂ, ਸਿਰਫ ਇੱਕ ਮਤਲਬ ਗਰਾਊਂਡ ਆ ਜਿਹੜੀ ਪਤਾ ਲੱਗ ਗਿਆ ਉਹਨਾਂ ਨੂੰ ਕਿ ਅੱਜ ਦੇਸ਼ ਦੇ ਲੋਕਾਂ ਦੇ ਨਾਲ, ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ ਖੜੇ ਬਿਨਾਂ ਗੱਲ ਬਣਨੀ ਨਹੀਂ। ਆਖਰੀ ਸਵਾਲ ਹੈ ਜੀ ਮੇਰਾ, ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਵਿਰੋਧੀ ਧਿਰ ਨੂੰ ਲੱਗ ਗਿਆ ਪਤਾ ਇਹ ਕਿ ਖੜਨ ਦੀ ਲੋੜ ਹੈ, ਵਿਰੋਧੀ ਧਿਰ ਵੀ ਹੁਣ ਤੁਸੀਂ ਕਿਹਾ ਕਿ ਭੂਮਿਕਾ ਕਿਤੇ ਨਾ ਕਿਤੇ ਨਿਭਾਉਂਦੀ ਨਜ਼ਰ ਆ ਰਹੀ ਹੈ, ਮੋਰਚੇ ਦੀ ਅਗਲੀ ਰਣਨੀਤੀ ਕੀ ਆ?
अगली स्ट्रैटेजी की जो गल करिए रणनीति की गल करिए। देखो जी मोर्चे की अगली रणनीति है कि एक तो साड़ी कोशिश है कि जिहड़ा प्रोटेस्ट जिहड़ा लोगों ने 15 तरीक नूं 15 अगस्त नूं सड़कां ते आके एक वक्रे तौर दे उत्ते मतलब वक्रे रंग दे विच उह दिन मनाउणा है। एक तो साडा उहदे ते मतलब ध्यान देण दी लोड़ है, उहदे ते असीं कर रहे हैं। सैकंड सब तो सारा वड्डा साडा इशू इह है कि हुण इस मोर्चे नूं असीं फैला के पूरे देश दे वख-वख कोने-कोने 'च लैके जाणा है। उहदे ते साडी कोशिश होएगी कि साढ़े कोले जिहड़े पिछे अंदोलनकारी रहे ने पुराने बजुर्ग अंदोलनकारी असी उन्हां नूं भी मतलब मोर्चे च बुला सकते हैं, विचार करांगे, मीटिंग होएगी साडी। इहो जिहे बंदिआं ने उन्हां दे एक्सपीरियंस की कहिंदे ने उन्हां नूं एक्सपीरियंस वाले बंदिआं नूं नाल लैके साडी कोशिश होएगी कि असी एक मतलब वड्डा देश लैवल दा एक यूनिट खड़ा होवे, पूरे देश दे विच साडा साडी आवाज जावे, पूरे देश दे विचों इस बीजेपी सरकार दे जां इन्हां कानूनां दे खिलाफ आवाज़ उठे। तो कल्ला कल्ली इत्थे मतलब इस गल नाल नहीं सरना कि कल्ले कानून ने, ठीक है गल हर एक आदमी जिहदे कोल पहला मतलब मंडी खुस चुकी है उहनूं ऐ लगदा कि मेरे कोल तां पहला भी है नहीं ते नवां मेरा की गवा जाणा। लेकिन इह तां जरूर हैगा ना कि जे पहला नहीं सी, अगर असी इह कानून नूं मतलब रोक गए तां अगे असी दुबारा दबा दे के आदमी सरकारां तों इह मंडी सिस्टम प्रफुल्लित करवा सकदे आ। ਇਹ ਸਾਡੇ ਕੋਲ ਰਸਤਾ ਬਚ ਜੂਗਾ, ਖੁੱਲ ਜੂਗਾ। ਸੋ ਉਹਨਾਂ ਸਟੇਟਾਂ ਲਈ ਕਾਨੂੰਨ ਭਾਵੇਂ ਮਤਲਬ ਲੱਗਦੇ ਆ ਉਹਨਾਂ ਨੂੰ ਫਾਇਦੇਮੰਦ ਨੇ, ਕਾਨੂੰਨ ਸਾਰਿਆਂ ਲਈ ਫਾਇਦੇਮੰਦ ਨੇ। ਜੇਕਰ ਇਹ ਮਤਲਬ APMC ਮੰਡੀ ਦਾ ਕਾਨੂੰਨ ਪੁਰਾਣਾ ਰਹਿੰਦਾ ਤਾਂ ਆਹ ਨਵੇਂ ਕਾਨੂੰਨ ਸਾਰਿਆਂ ਲਈ ਘਾਤਕ ਨੇ। ਇਹ ਸਾਰਿਆਂ ਦੀ ਮੌਤ ਦਾ ਵਾਰੰਟ ਨੇ, ਕੋਈ ਇਹ ਨਹੀਂ ਗੱਲ ਕਿ ਇਕੱਲੇ ਪੰਜਾਬ ਜਾਂ ਹਰਿਆਣੇ ਨੂੰ ਹੀ ਮਤਲਬ ਅਫੈਕਟ ਕਰਦੇ ਨੇ। ਦੂਸਰੀ ਗੱਲ ਅਸੀਂ ਕੁਝ ਗੱਲਾਂ ਇਹਦੇ 'ਚ ਜਿਵੇਂ MSP ਦੀ ਗੱਲ ਆਉਂਦੀ ਹੈ। MSP ਇੱਕ ਬਹੁਤ ਵੱਡਾ ਸਰਦਰਦੀ ਹੈ, ਪੂਰਾ ਦੇਸ਼ ਕੀ ਕੁਛ ਪੈਦਾ ਕਰਦਾ ਹੈ। ਹਰ ਇੱਕ ਚੀਜ਼ ਦੇ ਸਿਰਫ 23 ਫਸਲਾਂ ਦੇ ਉੱਤੇ MSP ਦੇ ਦੇਣੀ ਔਰ ਬਾਕੀ ਫਸਲਾਂ ਨੂੰ ਛੱਡ ਜਾਣਾ, ਅਤੇ ਜਿਹੜੀਆਂ 23 'ਤੇ ਦਿੱਤੀ ਵੀ ਹੈ ਉਹਨਾਂ ਦੇ ਵਿੱਚੋਂ ਵੀ 2-3 ਫਸਲਾਂ ਚੱਕਣੀਆਂ, ਬਾਕੀ ਨਾ ਚੱਕਣੀਆਂ, ਅਤੇ ਉਹਨਾਂ ਨੂੰ ਵੀ ਅੱਗੇ ਇੱਕ ਸ਼ਰਤ ਲਾ ਦੇਣੀ ਕਿ ਲਓ ਜੀ ਅਸੀਂ ਤਾਂ ਇੱਕ ਏਕੜ ਦੇ ਮਗਰ ਇੰਨੇ ਕੁਇੰਟਲ ਹੀ ਚੱਕਾਂਗੇ, ਬਾਕੀ ਕਿਸਾਨ ਜਾਣੇ, ਕਿਸਾਨ ਦਾ ਕੰਮ ਜਾਣੇ, ਉਹ ਜਿੱਥੇ ਮਰਜ਼ੀ ਵੇਚੇ। ਇਹ ਸਾਰੀਆਂ ਜਿਹੜੀਆਂ ਇੰਨੀਆਂ ਸਾਰੀਆਂ ਗੱਲਾਂ ਹੈ ਨਾ, ਉਹ ਆਪਣੇ ਆਪ ਦੇ ਵਿੱਚ ਇਹ ਕਹਿੰਦੀਆਂ ਨੇ, ਮੰਗ ਕਰਦੀਆਂ ਨੇ ਕਿ ਅਸੀਂ ਪੂਰੇ ਦੇਸ਼ ਨੂੰ ਇਸ ਮੋਰਚੇ ਦੇ ਨਾਲ ਜੋੜੀਏ ਔਰ ਉਹਦੇ ਲਈ ਸਾਡੀ ਅਗਲੀ ਰਣਨੀਤੀ ਇਹ ਹੋਏਗੀ, ਜਿਹਦੇ ਵਿੱਚ ਸਾਡਾ ਪਹਿਲਾ ਸਟੈਪ ਹੈ ਕੀ ਹੈ ਕਿ ਮਿਸ਼ਨ UP ਹੋਏਗਾ। ਸ਼ੁਕਰੀਆ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇਹ ਸੀਗੇ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇਹਨਾਂ ਦਾ ਕਹਿਣਾ ਹੈ ਕਿ ਮੋਰਚੇ ਦੀ ਜੋ ਰਣਨੀਤੀ ਆ 5 ਸੂਬਿਆਂ ਦੇ ਵਿੱਚ ਚੋਣਾਂ ਨੇ ਉਸ ਨੂੰ ਲੈ ਕੇ ਤਿਆਰ ਹੋ ਚੁੱਕੀ ਹੈ ਅਤੇ BJP ਨੂੰ ਵੱਡੀ ਟੱਕਰ ਜੋ ਅਸੀਂ ਦੇਵਾਂਗੇ। ਜਿਸ ਤਰੀਕੇ ਦੇ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਮੰਗ ਉੱਠ ਰਹੀ ਆ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ, ਉਦੋਂ ਤੱਕ ਮੋਰਚਾ ਚੱਲਦਾ ਰਹੂਗਾ, ਜਾਰੀ ਰਹੂਗਾ ਅਤੇ MSP ਦੀ ਗਰੰਟੀ ਬਣਾਈ ਜਾਵੇ। ਅਤੇ ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਲੈ ਕੇ ਇਹਨਾਂ ਨੇ ਕਿਹਾ ਹੈ ਕਿ ਉਹ ਅੱਜ ਵੀ ਸਾਡੇ ਨਾਲ ਨੇ, ਪਹਿਲਾਂ ਵੀ ਸਾਡੇ ਨਾਲ ਸੀ, ਅੱਗੇ ਵੀ ਸਾਡੇ ਨਾਲ ਰਹਿਣਗੇ। ਪਰ ਹਾਂ, ਇੰਡੀਵਿਜੁਅਲ ਤੌਰ 'ਤੇ ਜੋ ਬਿਆਨ ਦਿੱਤੇ ਜਾਂਦੇ ਆ, ਕਿਤੇ ਨਾ ਕਿਤੇ ਸੰਯੁਕਤ ਕਿਸਾਨ ਮੋਰਚਾ ਹਰ ਇੱਕ ਨੂੰ ਵਰਜਦਾ ਵੀ ਹੈ ਅਤੇ ਵਰਜਦਾ ਵੀ ਰਹੂਗਾ। ਸੰਯੁਕਤ ਕਿਸਾਨ ਮੋਰਚਾ ਵੱਡਾ ਨਾ ਕਿ ਕੋਈ ਖਾਸ ਵਿਅਕਤੀ ਵਿਸ਼ੇਸ਼ ਵੱਡਾ, ਸੰਯੁਕਤ ਕਿਸਾਨ ਮੋਰਚੇ ਦਾ ਸਾਰੇ ਪਾਰਟ ਨੇ ਅਤੇ ਇੰਡੀਵਿਜੁਅਲ ਤੌਰ 'ਤੇ ਜੋ ਬਿਆਨ ਦਿੰਦਾ ਹੈ ਉਸ ਦਾ ਅਸੀਂ ਖੰਡਨ ਕਰਦੇ ਹਾਂ। ਸੰਯੁਕਤ ਕਿਸਾਨ ਮੋਰਚਾ ਵੱਡਾ ਆ ਅਤੇ ਹਰ ਇੱਕ ਬਿਆਨ ਜੋ ਹੁਕਮ ਜਾਰੀ ਹੁੰਦਾ ਉਹ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਦੇ ਵਿੱਚ ਡਿਸੀਜਨ ਲਿਆ ਜਾਂਦਾ ਹੈ। ਕਿਸੇ ਇੱਕ ਵਿਅਕਤੀ ਦੇ ਇੰਡੀਵਿਜੁਅਲ ਬਿਆਨ ਨੂੰ ਜੋ ਹੈ ਵੱਡਾ ਨਾ ਸਮਝਿਆ ਜਾਵੇ। ਕੈਮਰਾਮੈਨ ਸ਼ਸ਼ੀਪਾਲ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ TV, ਸਿੰਘੂ ਬਾਰਡਰ।